ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਲਓ, ਅੱਜ ਹੋ ਗਈ ਹੈ 11 ਜੂਨ, ਦਿਨ ਸ਼ਨੀਵਾਰ, ਵੀਕਐਂਡ ਆ ਗਿਆ ਅਤੇ ਲੈ ਕੇ ਹਾਜ਼ਰਾਂ ਤੁਹਾਡੇ ਵਾਸਤੇ ਇਟਲੀ ਦੀਆਂ ਕੁਛ ਅਪਡੇਟ ਅੱਜ ਜਾਣਕਾਰੀ ਸਾਰੀ ਸਾਂਝੀ ਕਰਾਂਗੇ। ਅਤੇ ਸਭ ਤੋਂ ਪਹਿਲਾਂ ਮੇਰੀ ਪੰਜਾਬੀ ਵੀਰਾਂ ਨੂੰ, ਸਿੱਖ ਸੰਗਤ ਨੂੰ ਅਪੀਲ ਆ ਦੋਸਤੋ, ਜਿਹੜੇ ਵੀ ਮੇਰੇ ਵੀਰ ਬਾਰੀ ਸਾਈਡ ਰਹਿੰਦੇ ਆ ਉਹਨਾਂ ਨੂੰ ਅਪੀਲ ਆ ਕਿ ਬਾਰੀ ਦੇ ਵਿੱਚ, ਬਾਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੋਟਿੰਗ ਹੋ ਰਹੀ ਹੈ। ਵੋਟਿੰਗ ਕਾਹਦੀ ਹੋ ਰਹੀ ਹੈ? ਵੋਟਿੰਗ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ, ਸਿੱਖ ਰੈਫਰੈਂਡਮ ਚੱਲਿਆ ਸੀਗਾ, ਪਹਿਲਾਂ ਔਨਲਾਈਨ ਵੋਟਿੰਗ ਹੋਈ ਸੀ, ਉਹ ਕਿਸੇ ਕਰਕੇ ਨਹੀਂ ਸਫਲ ਹੋ ਸਕੀ ਅਤੇ ਹੁਣ ਵੋਟਾਂ ਪੈ ਰਹੀਆਂ ਦੋਸਤੋ। ਇਹ ਵੋਟਾਂ ਪੈ ਰਹੀਆਂ ਕੱਲ੍ਹ ਨੂੰ ਐਤਵਾਰ 12 ਜੂਨ, ਬਾਰੀ ਦੇ ਗੁਰਦੁਆਰਾ ਸਾਹਿਬ ਵਿਖੇ ਪੈ ਰਹੀਆਂ ਵੋਟਾਂ ਸਵੇਰੇ 9 ਵਜੇ ਤੋਂ। ਸੋ ਮੇਰੇ ਵੀਰ ਜਿਹੜੇ ਵੀ ਬਾਰੀ ਏਰੀਏ ਦੇ ਵਿੱਚ ਆਪਣੇ ਪੰਜਾਬੀ ਵੀਰ ਆ ਅਤੇ ਆਪੋ ਆਪਣਾ ਫਰਜ਼ ਸਮਝਦੇ ਹੋਏ, ਆਪੋ ਆਪਣੇ ਸਿੱਖੀ ਦਾ ਫਰਜ਼ ਸਮਝਦੇ ਹੋਏ ਅਤੇ ਜ਼ਰੂਰ ਪਹੁੰਚੋ। ਆਪੋ ਆਪਣੀ ਆਪਣੀ ਵੋਟ ਦਾ ਸਾਰਿਆਂ ਨੂੰ ਹੱਕ ਆ ਦੋਸਤੋ, ਆਪਾਂ ਨੂੰ ਆਪਦਾ ਆਪਦੇ ਹੱਕ ਮੰਗਣ ਦਾ ਵੀ ਹੱਕ ਆ। ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਅਤੇ ਇੱਥੇ ਜ਼ਰੂਰ ਜਾ ਕੇ ਆਪਣੀ ਵੋਟ ਪਾ ਕੇ ਆਓ। ਅਤੇ ਖਾਸ ਸਪੈਸ਼ਲ ਬੇਨਤੀ ਹੈ ਲੇਚੇ ਵਾਲੇ ਵੀਰਾਂ ਨੂੰ, ਜਿਹੜੇ ਲੇਚੇ ਦੇ ਏਰੀਏ ਦੇ ਵਿੱਚ ਰਹਿੰਦੇ ਆ ਮੇਰੇ ਵੀਰ। ਲੇਚੇ ਤੋਂ ਬੱਸ ਜਾ ਰਹੀ ਆ, ਸਵੇਰੇ 8 ਵਜੇ ਬੱਸ ਜਾਣੀ ਆ, ਫ੍ਰੀ ਬੱਸ ਸੇਵਾ, ਕੋਈ ਕਿਰਾਇਆ ਨਹੀਂ ਲੱਗਣਾ ਬਾਰੀ ਵਾਸਤੇ। ਅਤੇ ਇਹ ਲੇਚੇ ਤੋਂ ਚੱਲਣੀ ਆ 8 ਵਜੇ ਅਤੇ ਸ਼ਾਮ ਨੂੰ 4 ਵਜੇ ਆ ਜਾਣੀ ਵਾਪਸ। ਅਤੇ ਜਿਹੜੇ ਵੀ ਮੇਰੇ ਵੀਰ ਨੇ ਵਧੇਰੀ ਜਾਣਕਾਰੀ ਲੈਣੀ ਆ 339-663-6864 ਲੇਚੇ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਾ ਇਹ ਨੰਬਰ ਆ, ਤੁਸੀਂ ਵਧੇਰੀ ਜਾਣਕਾਰੀ ਲੈ ਸਕਦੇ ਹੋ। ਸੋ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਸਿੱਖ ਸੰਗਤ ਨੂੰ ਖਾਸ ਕਰਕੇ, ਅਤੇ ਆਪੋ ਆਪਣਾ ਫਰਜ਼ ਨਿਭਾਓ ਅਤੇ ਵੋਟਾਂ ਪਾ ਕੇ ਆਓ। ਅਤੇ ਨਾਲ ਹੀ ਅੱਗੇ ਦੋਸਤੋ ਗੱਲ ਕਰਦੇ ਹਾਂ ਕੇਸਾਂ ਦੀ। ਕੇਸ ਇਟਲੀ ਦੇ ਵਿੱਚ ਜਿਹੜੇ ਅੱਜ ਨਵੇਂ ਕੇਸ ਆਏ ਆ, 51 ਨਵਾਂ ਕੇਸ ਆਇਆ ਅਤੇ 63 ਬੰਦਿਆਂ ਦੀ ਹੋਈ ਆ ਡੈਥ, ਅਤੇ ਜਿਹੜੇ ਬੰਦੇ ਠੀਕ ਹੋਏ 23,745 ਬੰਦਾ ਹੋਇਆ ਠੀਕ, ਅਤੇ 1,70,000 ਟੈਸਟ ਕੀਤਾ ਗਿਆ। ਜਿਹੜੀ ਤਾਸੋ ਦੀ ਪੋਜ਼ਿਟਿਵ ਚੱਲ ਰਹੀ ਸੀਗੀ 12.67 ਚੱਲ ਰਹੀ ਸੀ। ਅਤੇ ਕਰੰਸੀ ਰੇਟਾਂ ਦੀ ਗੱਲ ਕਰਦੇ ਹਾਂ, 1 ਯੂਰੋ ਚੱਲ ਰਿਹਾ 82.20 ਰੁਪਏ ਦੋਸਤੋ ਇੰਡੀਆ ਦੇ ਮੁਕਾਬਲੇ, ਅਤੇ ਪਾਕਿਸਤਾਨ ਦੇ ਮੁਕਾਬਲੇ ਚੱਲ ਰਿਹਾ 212.45 ਰੁਪਏ। ਅਤੇ 1 ਕੈਨੇਡੀਅਨ ਡਾਲਰ ਚੱਲ ਰਿਹਾ 64.04 ਰੁਪਏ ਇੰਡੀਆ ਦੇ ਅਤੇ 157.85 ਰੁਪਏ ਪਾਕਿਸਤਾਨ ਦੇ। ਆਸਟ੍ਰੇਲੀਅਨ ਡਾਲਰ ਦਾ ਰੇਟ ਹੈਗਾ 55.07 ਰੁਪਏ ਇੰਡੀਆ ਦੇ ਅਤੇ 142.40 ਰੁਪਏ ਪਾਕਿਸਤਾਨ ਦੇ। ਅਤੇ ਡਾਲਰ ਨਿਊਜ਼ੀਲੈਂਡ ਦਾ ਚੱਲ ਰਿਹਾ 59.70 ਰੁਪਏ ਇੰਡੀਆ ਦੇ ਅਤੇ ਪਾਕਿਸਤਾਨ ਦੇ 128.51 ਰੁਪਏ। ਅਤੇ ਜਿਹੜਾ ਪੌਂਡਾ UK ਵਾਲਾ ਉਹ ਦੋਸਤੋ 96.53 ਰੁਪਏ ਇੰਡੀਆ ਦੇ ਅਤੇ ਪਾਕਿਸਤਾਨ ਦੇ 249.64 ਰੁਪਏ। ਅਤੇ ਦੁਬਈ ਦਾ ਦਰਾਮ ਚੱਲ ਰਿਹਾ 21.26 ਰੁਪਏ ਇੰਡੀਆ ਦੇ ਅਤੇ 55.02 ਰੁਪਏ ਪਾਕਿਸਤਾਨ ਦੇ। ਅਤੇ ਅਮੈਰੀਕਨ ਡਾਲਰ ਦਾ ਰੇਟ ਇੰਡੀਆ ਦੇ ਮੁਕਾਬਲੇ ਹੈਗਾ 78.16 ਰੁਪਏ ਅਤੇ 202.10 ਰੁਪਏ ਪਾਕਿਸਤਾਨ ਦੇ ਮੁਕਾਬਲੇ। ਅਤੇ ਚੱਲਦੇ ਹਾਂ ਦੋਸਤੋ ਆਪਣੀਆਂ ਅੱਜ ਦੀਆਂ ਅਪਡੇਟ ਵਾਲਾ ਅਪਡੇਟ ਵੱਲ ਜਾਣ ਤੋਂ ਪਹਿਲਾਂ, ਜਿਹੜੇ ਮੇਰੇ ਵੀਰਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਵੀ ਆਲ 'ਤੇ ਕਰ ਲਿਓ ਕਲਿੱਕ, ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅਤੇ ਤੁਹਾਨੂੰ ਪਤਾ ਹੀ ਆਪਾਂ ਹੁਣ ਡੇਲੀ ਅਪਡੇਟ ਪਾਉਂਦੇ ਹਾਂ ਇਟਲੀ ਦੀ ਅਤੇ ਇਮੀਗ੍ਰੇਸ਼ਨ ਦੀ ਅਤੇ ਹੋਰ ਸਾਰੇ ਕਾਹੇ ਦੀ। ਅਤੇ ਅੱਗੇ ਗੱਲ ਕਰਦੇ ਹਾਂ ਦੋਸਤੋ ਵੀਰਾਂ ਦੇ, ਪਹਿਲਾਂ ਗੱਲ ਕਰਦੇ ਹਾਂ ਵੀਰਾਂ ਦੇ, ਕਮੈਂਟ ਆ ਰਹੇ ਸੀਗੇ ਭਾਅ ਜੀ ਪੇਪਰਾਂ ਦੀ ਤੁਸੀਂ ਅਪਡੇਟ ਪਾਇਆ ਕਰੋ, ਅਤੇ ਤੁਸੀਂ ਹੋਰ ਹੀ ਕੰਮਾਂ 'ਚ ਪੈ ਗਏ ਹਾਂ। ਹੋਰ ਕੰਮਾਂ 'ਚ ਨਹੀਂ ਦੋਸਤੋ, ਇੱਥੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਹੋਰ ਕੰਮ ਨਹੀਂ, ਇਹ ਸਾਡਾ ਯੂਟਿਊਬਰਾਂ ਦਾ ਕੰਮ ਹੁੰਦਾ ਵੀ ਸਾਰੀ ਅਪਡੇਟ ਜਾਣਕਾਰੀ ਸ਼ੇਅਰ ਕਰਨੀ, ਠੀਕ ਹੈ? ਇਹ ਤਾਂ ਵੀ ਤੁਹਾਨੂੰ ਇਹ ਦੱਸ ਦਿੰਦਾ ਵੀ ਜਿਹੜੀ ਵੀ ਸਾਡੇ ਕੋਲ ਕੋਈ ਖਬਰ ਆਉਂਦੀ ਹੈ ਅਸੀਂ ਉਹ ਸ਼ੇਅਰ ਕਰਨੀ ਹੁੰਦੀ ਹੈ ਤਾਂ ਕਿ ਸਾਰਿਆਂ ਨਾਲ ਸਾਂਝੀ ਕਰ ਸਕੀਏ। ਇਹ ਤਾਂ ਹੈ ਨਹੀਂ ਬਈ ਜੇ ਕੋਈ ਇਮੀਗ੍ਰੇਸ਼ਨ ਦੀ ਅਪਡੇਟ ਨਹੀਂ ਆਈ ਤਾਂ ਆਪਾਂ ਨਾ ਪਾਈਏ, ਅਤੇ ਜਾਂ ਬਈ ਤੁਸੀਂ ਨਾ ਵੇਖੋ। ਕਈ ਮੇਰੇ ਵੀਰ ਕਹਿੰਦੇ ਆ ਤੁਸੀਂ ਇਕੱਲੀਆਂ ਇਮੀਗ੍ਰੇਸ਼ਨ ਦੀਆਂ ਪਾਇਆ ਕਰੋ, ਇੱਦਾਂ ਨਹੀਂ ਹੋ ਸਕਦਾ ਦੋਸਤੋ। ਸਾਡਾ ਕੰਮ ਹੁੰਦਾ ਬਈ ਯੂਟਿਊਬਰਾਂ ਦਾ ਕੰਮ ਹੁੰਦਾ ਬਈ ਸਾਰੀ ਅਪਡੇਟ ਭਲਾ ਇਮੀਗ੍ਰੇਸ਼ਨ ਦੀ ਹੋਵੇ, ਭਲਾ ਇੱਥੋਂ ਵਾਸਤੇ ਇਟਲੀ ਵਾਲੇ ਵੀਰਾਂ ਵਾਸਤੇ ਬੋਨਸ ਹੋਣ, ਕੋਈ ਜਾਣਕਾਰੀ ਹੋਵੇ, ਆਪਾਂ ਉਹ ਸਾਰੀ
ਸਾਂਝੀ ਕਰੀ ਦੀ ਆ। ਬਾਕੀ ਗੱਲ ਇਹ ਆ ਵੀ ਇਮੀਗ੍ਰੇਸ਼ਨ ਦਾ ਹਜੇ ਕੋਈ ਹੈਲੋਜੋਲ ਇੱਥੇ ਨਹੀਂ ਹੋ ਰਹੀ ਗੀ। ਇਟਲੀ ਦੇ ਵਿੱਚ ਜਿਹੜੇ ਪਿਛਲੇ ਪੇਪਰ ਮੇਰੇ ਵੀਰਾਂ ਨੇ ਭਰੇ ਸੀਗੇ ਕੋਈ ਹਜੇ ਤੱਕ ਹੈਲੋਜੋਲ ਨਹੀਂ। ਅਜੇ ਵੈਬਸਾਈਟਾਂ ਸਾਰੀਆਂ ਬਲੌਕ ਪਈਆਂ, ਪੇਪਰ ਉਹ ਬਲੌਕ ਪਏ ਜਿਹੜੇ ਭਰੇ ਹੋਏ ਸੀਗੇ 22 ਅਪ੍ਰੈਲ ਤੋਂ ਬਾਅਦ ਬਲੌਕ ਹੋ ਗਏ ਸੀਗੇ, ਤੁਹਾਨੂੰ ਪਤਾ ਹੀ ਹੈ। ਅਤੇ ਹੁਣ ਜਦੋਂ ਵੀ ਉਹ ਖੁੱਲ੍ਹ ਓਪਨ ਹੋਊਗੀ, ਸਾਰਾ ਸਿਸਟਮ ਓਪਨ ਹੋਊਗਾ ਗੌਰਮੈਂਟ ਦਾ, ਅਤੇ ਉਦੋਂ ਨੂਲੇ ਉਸ 'ਤੇ ਨਿਕਲਣੇ ਸ਼ੁਰੂ ਹੋ ਜਾਣੇ ਆ। ਬਾਕੀ ਤੁਸੀਂ ਦੋਸਤੋ ਵੇਟ ਕਰਨੀ ਪਊਗੀ, ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰੇ ਆ ਪਿਛਲੇ, ਠੀਕ ਆ ਨਾ, ਉਹਨਾਂ ਨੂੰ ਵੇਟ ਕਰਨੀ ਪਊਗੀ। ਵੇਟ ਕਰਨ ਤੋਂ ਬਿਨਾਂ ਦੋਸਤੋ ਤੁਸੀਂ ਕੁਛ ਕਰ ਵੀ ਨਹੀਂ ਸਕਦੇ, ਕੋਈ ਵੀ ਨਹੀਂ ਕੁਛ ਕਰ ਸਕਦਾ। ਨਾ ਇਸ ਬਾਰੇ ਤਾਂ ਤੁਹਾਨੂੰ ਕੋਈ ਨਾ ਜੱਜ ਨਾ ਵਕੀਲ ਵੀ ਦੱਸ ਸਕਦਾ ਤੁਹਾਡੇ ਵੀ ਪੇਪਰ ਨਿਕਲਣਗੇ, ਅੱਜ ਆਏ ਆ ਕਿਹਦੇ ਆਏ ਆ, ਕੋਈ ਨਹੀਂ ਦੱਸ ਸਕਦਾ ਇਹ। ਬਾਕੀ ਜਿਹੜੇ ਏਜੰਟ ਆ ਉਹ ਲਾਰੇ ਲਾਈ ਜਾਂਦੇ, ਕੋਈ ਕਹਿੰਦਾ ਮਹੀਨਾ, ਕੋਈ ਕਹਿੰਦਾ ਡੇਢ ਮਹੀਨਾ, ਹੋ ਸਕਦਾ ਕੱਲ੍ਹ ਨੂੰ ਵੈਬਸਾਈਟਾਂ ਖੁੱਲ੍ਹ ਜਾਣ, ਕੱਲ੍ਹ ਨੂੰ ਨੂਲੇ ਉਸ 'ਤੇ ਨਿਕਲਣੇ ਸ਼ੁਰੂ ਹੋ ਜਾਣ, ਅਤੇ ਕੋਈ ਪਤਾ ਨਹੀਂ। ਅੱਗੇ ਗੱਲ ਕਰਦੇ ਹਾਂ ਦੋਸਤੋ, ਅੱਗੇ ਗੱਲ ਕਰਦੇ ਹਾਂ, ਵੱਡੀ ਖੁਸ਼ਖਬਰੀ ਆ ਰਹੀ ਆ NRI ਵੀਰਾਂ ਵਾਸਤੇ, ਜਿਹੜੇ ਮੇਰੇ ਵੀਰ ਇਟਲੀ, ਯੂਰਪ 'ਚ ਜਾਂ ਕਨੇਡਾ 'ਚ ਕਿਤੇ ਵੀ NRI ਆ, ਜਿਹੜੇ ਮੇਰੇ ਵੀਰ ਇੰਡੀਆ ਜਾਂਦੇ ਰਹਿੰਦੇ ਆ, ਕਦੋਂ ਵੀ ਇੰਡੀਆ ਜਾਂਦੇ ਆ ਅਤੇ ਉੱਥੋਂ ਦਿੱਲੀ ਏਅਰਪੋਰਟ ਜਾਂਦੇ ਆ, ਦਿੱਲੀ ਏਅਰਪੋਰਟ ਤੋਂ ਕੋਈ ਮੇਰਾ ਵੀ ਟੈਕਸੀ ਕਰਾਉਂਦਾ, ਕੋਈ ਪ੍ਰਾਈਵੇਟ ਬੱਸ 'ਤੇ ਜਾਂਦਾ, ਬਹੁਤ ਖਰਚਾ ਆ ਜਾਂਦਾ ਸੀਗਾ। ਅਤੇ ਅੱਜ ਦੀ ਜਿਹੜੀ ਖਬਰ ਆ ਇਹ ਮੈਂ ਸਾਂਝੀ ਕਰ ਰਿਹਾ ਤੁਹਾਡੇ ਨਾਲ, CM ਪੰਜਾਬ ਦਾ ਬਹੁਤ ਵੱਡਾ ਬਿਆਨ ਆ ਰਿਹਾ, ਚੀਫ ਮਿਨਿਸਟਰ ਪੰਜਾਬ ਦਾ ਭਗਵੰਤ ਮਾਨ ਦਾ, ਅਤੇ ਉਹਨਾਂ ਨੇ ਇਹ ਬਿਆਨ ਮੈਂ ਤੁਹਾਡੇ ਨਾਲ ਸਾਹਮਣੇ ਸਕਰੀਨ 'ਤੇ ਤੁਸੀਂ ਵੇਖ ਰਹੇ ਆ, ਇਹਨਾਂ ਨੇ ਜਿਹੜੀਆਂ 15 ਜੂਨ ਤੋਂ ਸ਼ੁਰੂ ਕਰਤੀਆਂ ਵੋਲਵੋ ਬੱਸਾਂ ਦੋਸਤੋ, ਪੰਜਾਬ ਤੋਂ ਦਿੱਲੀ ਏਅਰਪੋਰਟ ਡਾਇਰੈਕਟ ਜਾਣਗੀਆਂ। ਪਹਿਲਾਂ ਤਾਂ ਚੱਲਦੀਆਂ ਜਿਹੜੀਆਂ ਬੱਸਾਂ ਏਅਰਪੋਰਟ ਤੋਂ ਥੋੜ੍ਹੀ ਦੂਰ ਲਾਹ ਦਿੰਦੀਆਂ ਸੀ, ਇਹ ਏਅਰਪੋਰਟ ਦੇ ਡਾਇਰੈਕਟ ਟਰਮੀਨਲ 'ਤੇ ਲਾਉਣਗੀਆਂ ਜਿਹੜੀਆਂ ਵੋਲਵੋ ਬੱਸਾਂ ਤੋਂ ਹੀ, ਨਾਲ ਬੱਸਾਂ ਹੀ ਵੇਖ ਰਹੇ ਹਾਂ, ਬੱਸਾਂ ਦੀ ਅੰਦਰਲੀ ਫੋਟੋ ਵੀ ਮੈਂ ਤੁਹਾਨੂੰ ਨਾਲ ਤੁਹਾਡੇ ਸ਼ੇਅਰ ਕਰ ਰਿਹਾ। ਅਤੇ ਵੱਡੀ ਖੁਸ਼ਖਬਰੀ ਇਹ ਹੈ, ਜਿਹੜੀਆਂ ਪਹਿਲਾਂ ਆਪਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਤਕਰੀਬਨ 3,000-3,500 ਰੁਪਈਆ ਕਿਰਾਇਆ ਦਿੰਦੇ ਸੀਗੇ, ਇਹਨਾਂ ਦਾ ਜਿਹੜੀਆਂ ਸਰਕਾਰੀ ਪੰਜਾਬ ਦੀਆਂ ਸਰਕਾਰੀ ਬੱਸਾਂ ਇਹਨਾਂ ਦਾ ਕਿਰਾਇਆ ਵੀ ਤਕਰੀਬਨ 1,200-1,300 ਰੁਪਈਆ ਦੋਸਤੋ। ਅਤੇ ਇਹਨਾਂ ਦਾ ਟਾਈਮ ਟੇਬਲ ਵੀ ਮੈਂ ਤੁਹਾਡੇ ਨਾਲ ਸਾਹਮਣੇ ਸਕਰੀਨ 'ਤੇ ਚਾ ਰਿਹਾ, ਜਿਹੜਾ ਟਾਈਮ ਟੇਬਲ ਆ ਇਹਨਾਂ ਦਾ ਬੱਸਾਂ ਦਾ ਟਾਈਮ ਟੇਬਲ, ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਲੁਧਿਆਣਾ, ਚੰਡੀਗੜ੍ਹ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ, ਅਤੇ ਇਹ ਇਹਨਾਂ ਦਾ ਟਾਈਮ ਟੇਬਲ ਆ, ਇੱਥੋਂ ਤੁਰਨ ਦਾ ਟਾਈਮ ਆ ਅਤੇ ਇਹਨਾਂ ਸ਼ਹਿਰਾਂ 'ਚੋਂ ਅਤੇ ਉੱਥੇ ਪਹੁੰਚਣ ਦਾ, ਅਤੇ ਉੱਥੋਂ ਦਿੱਲੀ ਏਅਰਪੋਰਟ ਤੋਂ ਵਾਪਸ ਆਉਣ ਦਾ ਟਾਈਮ ਟੇਬਲ ਆ ਇਹ ਦੋਸਤੋ, ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਅਤੇ ਬਾਕੀ ਜਿਹੜੀ ਜੇ ਬੁਕਿੰਗ ਕਰਾਉਣੀ ਹੈ, ਬੁਕਿੰਗ ਕਰਾ ਸਕਦੇ ਹੋ ਤੁਸੀਂ, ਔਨਲਾਈਨ ਬੁਕਿੰਗ ਹੋ ਰਹੀ ਆ, ਔਨਲਾਈਨ ਵੈਬਸਾਈਟ 'ਤੇ ਤੁਸੀਂ ਭਰਨਾ panbus.com, ਅਤੇ ਜਾਂ ਭਰਨਾ ਪੈਪਸੂ ਔਨਲਾਈਨ, ਸਕਰੀਨ 'ਤੇ ਤੁਸੀਂ ਵੇਖ ਰਹੇ ਹੋ, ਅਤੇ ਜਾਂ ਭਰਨਾ panjabroadways.govt.com, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਔਨਲਾਈਨ ਬੁਕਿੰਗ ਆਪਣੀਆਂ ਟਿਕਟਾਂ ਦੀ ਕਰਾ ਸਕਦੇ ਹੋ, ਆਪਣੇ ਟਾਈਮ ਟੇਬਲ ਦੇ ਹਿਸਾਬ ਨਾਲ ਕੀ ਟਾਈਮ ਟੇਬਲ ਮਤਲਬ ਫਲਾਈਟਾਂ ਦਾ ਹੈਗਾ ਅਤੇ ਉਤਰਨ ਦਾ ਵਗੈਰਾ। ਸੋ ਬਹੁਤ ਦੋਸਤੋ ਬਹੁਤ ਵਧੀਆ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ, ਪੰਜਾਬ ਸਰਕਾਰ ਤਰੱਕੀ ਵੱਲ ਆਪਣੇ ਪੰਜਾਬ ਨੂੰ ਲੈ ਕੇ ਜਾ ਰਹੀ ਹੈ, ਤੋ ਧੰਨਵਾਦ ਕਰਦੇ ਹਾਂ ਆਪਣੇ CM ਪੰਜਾਬ ਦਾ। ਅਤੇ ਅੱਗੇ ਗੱਲ ਕਰਦੇ ਦੋਸਤੋ, ਅੱਗੇ ਗੱਲ ਫਿਰ ਇਟਲੀ ਦੀ ਆ ਗਈ, ਇਟਲੀ ਦੀ ਗੱਲ ਕਰਦੇ ਬਈ, ਰਿਮਣੀ ਤੋਂ ਖਬਰ ਆ ਰਹੀ ਆ ਵੀ ਇੱਕ ਬੰਦੇ ਨੇ ਆਪਣੀ ਜਨਾਨੀ ਕੁੱਟੀ, ਆਪਣੀ ਘਰ ਵਾਲੀ ਕੁੱਟੀ, ਕੁੱਟ ਕੁੱਟ ਖਾਣ ਤੋਂ ਬਾਅਦ ਘਰ ਵਾਲੀ ਕਹਿੰਦੀ ਵੀ ਮੈਨੂੰ ਭੁੱਖ ਲੱਗੀ ਆ, ਘਰ ਵਾਲੀ ਨੇ ਦਿਮਾਗ ਵਰਤਿਆ ਅਤੇ ਬੰਦੇ ਨੇ ਬੰਦੇ ਦਾ ਨਸ਼ਾ ਕੀਤਾ ਹੋਇਆ ਸੀ, ਦਾਰੂ ਵਗੈਰਾ ਪੀਤੀ ਵੀ ਸੀਗੀ, ਬੰਦੇ ਨੇ ਪੀਜ਼ਾ ਆਰਡਰ ਕੀਤਾ, ਜਦੋਂ ਪੀਜ਼ਾ ਡਿਲੀਵਰੀ ਵਾਲਾ ਪੀਜ਼ਾ ਦੇਣ ਆਇਆ ਅਤੇ ਲੇਡੀ ਨੇ ਵੀ ਇਸ਼ਾਰਿਆਂ ਨਾਲ ਉਹਨੂੰ ਸਮਝਾਤਾ ਵੀ ਮੈਨੂੰ ਖਤਰਾ, ਅਤੇ ਜਦੋਂ ਪੀਜ਼ਾ ਡਿਲੀਵਰੀ ਵਾਲੇ ਨੇ ਜਾ ਕੇ ਪੁਲਿਸ ਨੂੰ ਸੂਚਿਤ ਕੀਤਾ, ਅਤੇ ਉਹ ਜਦੋਂ ਪੁਲਿਸ ਘਰ ਆਈ ਅਤੇ ਪੁੱਛ ਗਿੱਛ ਕਰਨ ਲੱਗੀ ਅਤੇ ਬੰਦਾ ਉਹ ਜਿਹੜਾ ਨਸ਼ੇ ਦੇ ਵਿੱਚ ਸੀਗਾ ਉਹ ਪੁਲਿਸ ਦੇ ਵੀ ਹੱਥੋਂ ਪਾਈ ਹੋ ਗਿਆ ਪੁਲਿਸ ਨਾਲ। ਸੋ ਹੁਣ ਪੁਲਿਸ ਨੇ ਬੱਸ ਲੂਕੀ ਦਾ ਕੇਸ ਵੀ ਪਾ ਤਾ ਉਹਦੇ 'ਤੇ, ਅਤੇ ਚਲੋ ਜੀ ਹੁਣ ਆਪਦਾ ਭੁਗਤੂਗਾ। ਅੱਗੇ ਗੱਲ ਹੋਰ ਇੱਕ ਆ ਰਹੀ ਆ ਇਟਲੀ ਤੋਂ ਹੀ, ਇਟਲੀ ਦੇ ਵਿੱਚ ਦੋਸਤੋ ਇੱਕ
ਬੰਦਾ ਪਹਿਲਾਂ ਆਪਾਂ ਇੰਡੀਆ ਵੀ ਸੁਣਿਆ, ਇੰਡੀਆ ਹੀ ਸੁਣਿਆ ਸੀਗਾ ਇਹੋ ਜਿਹਾ ਕੰਮ, ਅਤੇ ਪਰ ਹੁਣ ਇਟਲੀ ਦੇ ਵਿੱਚ ਵੀ ਚੱਲ ਪਿਆ ਡਰਾਈਵਰਾਂ ਦੇ ਕੰਮ। ਡਰਾਈਵਰ ਜਿਹੜੇ ਕਿ ਖਾਣ ਪੀਣ ਦੇ ਸ਼ੌਕੀਨ ਆ। ਇਟਲੀ ਦੇ ਵਿੱਚ ਖਬਰ ਆ ਰਹੀ ਹੈ ਵੀ ਇੱਕ ਬੰਦਾ ਕਾਰ ਦੇ ਵਿੱਚ, ਟੈਕਸੀ ਡਰਾਈਵਰ ਸੀਗਾ, ਟੈਕਸੀ ਦੇ ਵਿੱਚ ਦਾਰੂ ਦੀ ਬੋਤਲ ਦੇ ਨਾਲ ਫੇਸਬੁੱਕ 'ਤੇ ਹੋ ਗਿਆ ਲਾਈਵ। ਜਦੋਂ ਫੇਸਬੁੱਕ 'ਤੇ ਹੋ ਗਿਆ ਲਾਈਵ, ਦੋਸਤੋ ਡਰਾਈਵਿੰਗ ਕਰਦਾ ਕਰਦਾ ਹੋਇਆ ਸੀ ਲਾਈਵ, ਥੋੜ੍ਹੀ ਦੂਰ ਜਾ ਕੇ ਅਤੇ ਉਹਦਾ ਲਾਈਵ ਹੋ ਗਿਆ ਬੰਦ, ਕਿਉਂਕਿ ਉਹ ਠੋਕ ਬੈਠਾ ਸੀ ਗੱਡੀ। ਗੱਡੀ ਠੋਕ ਗਈ ਸੀ, ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਦੋਸਤੋ, ਲਾਈਵ ਦੇ ਵਿੱਚ ਹੀ ਗੱਡੀ ਦਾ ਐਕਸੀਡੈਂਟ ਹੋ ਗਿਆ। ਅਤੇ ਹੁਣ ਮਾਮੇ ਲੈ ਗਏ ਚੱਕ ਕੇ ਉਹਨੂੰ, ਮਾਮਿਆਂ ਨੇ ਚੱਕ ਲਿਆ, ਐਕਸੀਡੈਂਟ ਉਹਨੇ ਤਕੜਾ ਚੰਗਾ ਕਰਵਾਤਾ ਸੀਗਾ। ਅਤੇ ਹੁਣ ਮਾਮੇ ਲੈ ਗਏ ਚੱਕ ਕੇ, ਅਤੇ ਮਾਮੇ ਹੋਣਗੇ ਲਾਈਵ ਉਹਦੇ ਨਾਲ, ਹੁਣ ਅਦਾਲਤ ਦੇ ਵਿੱਚ ਜਾ ਕੇ ਤੋਂ ਵੇਖਦੇ ਹਾਂ ਕੀ ਬਣਦਾ। ਅਤੇ ਬਸ ਦੋਸਤੋ ਇਹੀ ਸੀ ਥੋੜ੍ਹੀਆਂ ਜਿਹੀਆਂ ਅਪਡੇਟ। ਇੱਕ ਹੋਰ ਇਟਲੀ ਤੋਂ, ਇਟਲੀ ਦੀ ਗੌਰਮੈਂਟ ਨੇ ਇੱਕ ਹੋਰ ਫੈਸਲਾ ਕੀਤਾ ਵੀ ਜਿਹੜਾ 2035 ਤੋਂ ਆ, 2035 ਤੋਂ ਜਿਹੜੀਆਂ ਪੈਟਰੋਲ ਅਤੇ ਡੀਜ਼ਲ ਵਾਲੀਆਂ ਗੱਡੀਆਂ ਜਿਹੜੀਆਂ ਬੰਦ ਜਮ੍ਹਾਂ ਹੋ ਰਹੀਆਂ, ਬਿਲਕੁਲ ਬੰਦ ਹੋ ਰਹੀਆਂ ਇਟਲੀ ਤੋਂ ਆ। ਸਹੀ ਸੁਣਿਆ ਦੋਸਤੋ ਤੁਸੀਂ, ਬਈ ਇਹ ਪੈਟਰੋਲ ਡੀਜ਼ਲ ਵਾਲੀਆਂ ਗੱਡੀਆਂ 2035 ਤੋਂ, ਇਹ ਇਟਲੀ ਗੌਰਮੈਂਟ ਨੇ ਵੀ ਫੈਸਲਾ ਲੈ ਲਿਆ। ਅਤੇ ਇੰਨੀ ਸੀ ਅੱਜ ਦੀ ਜਾਣਕਾਰੀ ਅਪਡੇਟ ਇਟਲੀ ਦੀ ਅਤੇ ਬਾਹਰ ਦੀ। ਮਿਲਦੇ ਹਾਂ ਅਗਲੀ ਅਪਡੇਟ ਨਾਲ, ਤਦ ਤੱਕ ਦੇ ਵਾਗਿਆ, ਸਤਿ ਸ਼੍ਰੀ ਅਕਾਲ।